ਅਰਵਿੰਦ ਕੇਜਰੀਵਾਲ ਜੀ ਜਿਹਨੇ ਜਿਹੜੇ ਕਿ ਰਾਜਨੀਤੀ ਦੇ ਵਿੱਚ ਇਸ ਵਕਤ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਨੇ ਦੇਸ਼ ਦੇ ਵਿੱਚ ਕਿ ਜੋ ਨਵਾਂ ਕਰਨਾ, ਬਹੁਤ ਸਾਰੀਆਂ ਪਾਰਟੀਆਂ ਨੇ ਇਹਨਾਂ ਕਰਕੇ ਏਜੰਡੇ ਬਦਲਤੇ, ਆਪਣੇ ਮੈਨੀਫੈਸਟੋ ਬਦਲਤੇ, ਉਹ ਹਸਪਤਾਲਾਂ ਦੀ ਅਤੇ ਸਕੂਲਾਂ ਦੀ ਗੱਲ ਕਰਨ ਲੱਗ ਗਏ, ਪਹਿਲਾਂ ਨਹੀਂ ਕਰਦੇ ਸੀ। ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਸਾਡੀਆਂ ਗਰੰਟੀਆਂ ਨੇ, ਪਹਿਲਾਂ ਉਹਨਾਂ ਦਾ ਸੰਕਲਪ ਪੱਤਰ ਹੁੰਦਾ ਸੀ, ਘੋਸ਼ਣਾ ਪੱਤਰ ਹੁੰਦਾ ਸੀ, ਹੁਣ ਉਹ ਵੀ ਕਹਿਣ ਲੱਗ ਗਏ ਮੋਦੀ ਕੀ ਗਰੰਟੀ। ਅਸੀਂ ਕਿਹਾ ਚਲੋ ਕੋਈ ਗੱਲ ਨਹੀਂ, ਸਾਡੇ ਤੋਂ ਸਿੱਖ ਲਓ, ਪਰ ਸਿੱਖ ਤਾਂ ਲਓ ਕੋਈ ਚੱਜ ਦੀ ਗੱਲ, ਕੋਈ ਕੰਮ ਤਾਂ ਕਰ ਦਿਓ। ਜਦੋਂ ਵੱਜਣ ਲੱਗ ਗਈਆਂ ਖਤਰੇ ਦੀਆਂ ਘੰਟੀਆਂ, ਉਦੋਂ ਮੋਦੀ ਨੂੰ ਯਾਦ ਆ ਗਈਆਂ ਕੇਜਰੀਵਾਲ ਦੀਆਂ ਗਰੰਟੀਆਂ। ਸੋ ਇਸ ਕਰਕੇ ਭਾਵੇਂ ਸਾਡੇ ਤੋਂ ਹੀ ਸਿੱਖ ਲੈਣ, ਪਰ ਕੋਈ ਚੱਜ ਦਾ ਕੰਮ ਤਾਂ ਕਰ ਲੈਣ, ਦੇਸ਼ ਦਾ ਫਾਇਦਾ ਹੋਵੇ। ਅਰਵਿੰਦ ਕੇਜਰੀਵਾਲ ਜੀ ਜਿਹਨੇ ਜਿਹੜੇ ਕਿ ਰਾਜਨੀਤੀ ਦੇ ਵਿੱਚ ਇਸ ਵਕਤ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਨੇ ਦੇਸ਼ ਦੇ ਵਿੱਚ ਕਿ ਜੋ ਨਵਾਂ ਕਰਨਾ, ਬਹੁਤ ਸਾਰੀਆਂ ਪਾਰਟੀਆਂ ਨੇ ਇਹਨਾਂ ਕਰਕੇ ਏਜੰਡੇ ਬਦਲਤੇ, ਆਪਣੇ ਮੈਨੀਫੈਸਟੋ ਬਦਲਤੇ, ਉਹ ਹਸਪਤਾਲਾਂ ਦੀ ਅਤੇ ਸਕੂਲਾਂ ਦੀ ਗੱਲ ਕਰਨ ਲੱਗ ਗਏ, ਪਹਿਲਾਂ ਨਹੀਂ ਕਰਦੇ ਸੀ। ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਸਾਡੀਆਂ ਗਰੰਟੀਆਂ ਨੇ, ਪਹਿਲਾਂ ਉਹਨਾਂ ਦਾ ਸੰਕਲਪ ਪੱਤਰ ਹੁੰਦਾ ਸੀ, ਘੋਸ਼ਣਾ ਪੱਤਰ ਹੁੰਦਾ ਸੀ, ਹੁਣ ਉਹ ਵੀ ਕਹਿਣ ਲੱਗ ਗਏ ਮੋਦੀ ਕੀ ਗਰੰਟੀ। ਅਸੀਂ ਕਿਹਾ ਚਲੋ ਕੋਈ ਗੱਲ ਨਹੀਂ, ਸਾਡੇ ਤੋਂ ਸਿੱਖ ਲਓ, ਪਰ ਸਿੱਖ ਤਾਂ ਲਓ ਕੋਈ ਚੱਜ ਦੀ ਗੱਲ, ਕੋਈ ਕੰਮ ਤਾਂ ਕਰ ਦਿਓ। ਜਦੋਂ ਵੱਜਣ ਲੱਗ ਗਈਆਂ ਖਤਰੇ ਦੀਆਂ ਘੰਟੀਆਂ, ਉਦੋਂ ਮੋਦੀ ਨੂੰ ਯਾਦ ਆ ਗਈਆਂ ਕੇਜਰੀਵਾਲ ਦੀਆਂ ਗਰੰਟੀਆਂ। ਸੋ ਇਸ ਕਰਕੇ ਭਾਵੇਂ ਸਾਡੇ ਤੋਂ ਹੀ ਸਿੱਖ ਲੈਣ, ਪਰ ਕੋਈ ਚੱਜ ਦਾ ਕੰਮ ਤਾਂ ਕਰ ਲੈਣ, ਦੇਸ਼ ਦਾ ਫਾਇਦਾ ਹੋਵੇ।